ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੋਲੀ ਫਰਾਈ। ਪੰਜਾਬੀ ਐਕਟਰੈਸ ਸੋਨਮ ਬਾਜਵਾ ਆਪਣੀ ਹੌਟਨੈਸ ਅਤੇ ਆਪਣੀ ਐਕਟਿੰਗ ਦੇ ਨਾਲ ਅਕਸਰ ਚਰਚਾ ਦੇ ਵਿੱਚ ਬਣੀ ਰਹਿੰਦੀ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਸੋਨਮ ਬਾਜਵਾ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਦਰਅਸਲ ਸੋਨਮ ਬਾਜਵਾ ਵੱਲੋਂ 2 ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਪਾਈ ਗਈ ਸੀ, ਜਿਸ ਦੇ ਵਿੱਚ ਉਹ ਸ਼ੂਟ ਦੌਰਾਨ ਪੰਜਾਬ ਦੀ ਠੰਡ ਨੂੰ ਦਿਖਾ ਰਹੇ ਸਨ। ਇਸੇ ਤਰ੍ਹਾਂ ਸਟੋਰੀ ਦੀ ਵੀਡੀਓ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਸੋਨਮ ਬਾਜਵਾ ਨੂੰ ਕਾਫੀ ਟ੍ਰੋਲ ਹੋਣਾ ਪਿਆ। ਦਰਅਸਲ ਇੰਸਟਾਗ੍ਰਾਮ 'ਤੇ ਸਟੋਰੀ ਪਾਉਂਦੇ ਹੋਏ ਸੋਨਮ ਬਾਜਵਾ ਪੰਜਾਬ ਦੇ ਵਿੱਚ ਪੈ ਰਹੀ ਠੰਡ ਦੇ ਬਾਰੇ ਦੱਸ ਰਹੀ ਸੀ ਅਤੇ ਉਹ ਖੇਤਾਂ ਦੇ ਵਿੱਚ ਚੱਲਦੀ ਪਈ ਸ਼ੂਟਿੰਗ ਦਿਖਾ ਰਹੀ ਸੀ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਕੈਮਰਾ ਘੁਮਾਇਆ ਤਾਂ ਉਸ ਕੈਮਰੇ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਪਈ ਕੂਲ ਲਿਪ ਨਜ਼ਰ ਆਈ, ਜਿਸ ਤੋਂ ਬਾਅਦ ਇੰਸਟਾਗ੍ਰਾਮ ਦੇ ਫਨੀ ਪੇਜਿਸ ਨੇ ਉਹਨਾਂ ਦੀ ਇਸ ਵੀਡੀਓ ਦੇ ਵਿੱਚ ਉਹ ਸਕਰੀਨਸ਼ੋਟ ਲੈ ਕੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਬੇਸ਼ੱਕ ਉਹ ਕੂਲ ਲਿਪ ਕਿਸੇ ਕ੍ਰਿਊ ਮੈਂਬਰ ਦੀ ਸੀ, ਬਟ ਫਿਰ ਵੀ ਸੋਨਮ ਬਾਜਵਾ ਨੂੰ ਇਸਦਾ ਕਰਕੇ ਟ੍ਰੋਲ ਹੋਣਾ ਪੈ ਰਿਹਾ ਹੈ। It's windy, it's so cold, and they're shooting in these beautiful fields. So cold in Punjab that it's not even funny. It's windy, it's so cold, and they're shooting in these beautiful fields. ਜੇਕਰ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ 24 ਜਨਵਰੀ ਨੂੰ ਉਹਨਾਂ ਦੀ ਪਰਮੀਸ਼ ਵਰਮਾ ਦੇ ਨਾਲ ਮੂਵੀ ਜਿੰਦੇ ਮੇਰੀਏ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ ਐਮੀ ਵਿਰਕ ਦੇ ਨਾਲ ਪੁਆੜਾ ਮੂਵੀ ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਹੈ। ਇਹ ਪੁਆੜਾ ਮੂਵੀ 2020 ਦੇ ਵਿੱਚ ਰਿਲੀਜ਼ ਹੋਵੇਗੀ।